ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ, ਕਿਵੇਂ ਹੋ, ਕਿਵੇਂ ਹੋ ਸਾਰੇ ਜਾਨਵਰ ਸੈੱਟ ਸਾਰਿਆਂ ਦੇ। ਵਲੌਗ ਸ਼ੁਰੂ ਕਰਨ ਲੱਗੇ ਅੱਜ ਕੋਠੇ ਤੋਂ ਸਿੱਧਾ, ਢਾਂਗੀਆਂ ਢੂੰਗੀਆਂ ਲਾ ਦਈਏ। ਅੱਜ 5-6 ਕਬੂਤਰ ਕੱਢਾਂਗੇ, ਵਿੱਚ ਨਵੇਂ ਵੀ ਕੱਢਾਂਗੇ, ਵਿੱਚ ਕੁਛ ਪੁਰਾਣੇ ਵੀ ਕੱਢਾਂਗੇ। ਇੱਕ ਢਾਂਗੀ ਲਾ ਤੀ, ਦੂਜੀ ਵੀ ਇੱਥੇ ਲਾ ਦਿੰਦੇ ਹਾਂ। ਅਤੇ ਆਹ ਲਓ, ਇਹਨੂੰ ਚੱਕਦਾ ਮੈਂ ਉੱਪਰ, ਤੁਹਾਨੂੰ ਦਿਖਾਉਂਦੇ ਕਿਹੜੇ ਕਿਹੜੇ ਛੱਡਣੇ ਨੇ। ਲੈ ਮਿੱਤਰੋ, ਪਹੁੰਚ ਗਏ ਆਪਾਂ ਖੁੱਡੇ 'ਚ, ਅਤੇ ਹੁਣ ਇੱਥੋਂ ਬੱਚੇ ਫੜੀਏ ਪਹਿਲਾਂ ਦੋ। ਗੇਟ ਜਿਹਾ ਲਾ ਲਿਓ, ਪਹਿਲਾਂ ਤਾਂ ਫੜਨਾ ਆਪਾਂ ਨੇ ਆਪਣਾ ਤੂਫਾਨ। ਆਜਾ ਵੀ ਤੂਫਾਨ ਲਿਆ, ਸੈੱਟ ਹੈ? ਠੀਕ ਹੈ ਠੀਕ ਹੈ, ਜ਼ਖਮ ਵੀ ਠੀਕ ਹੈ। ਚੱਲ ਬਈ ਛੱਤਰੀ 'ਤੇ, ਇਹ ਆ ਬੈਠ ਗਿਆ। ਹੁਣ ਫੜਨਾ ਆਪਾਂ ਨੇ ਆਪਣਾ ਰੱਖਾ, ਉਹ ਰੱਖਿਆ, ਹੋ 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 ਹੋ, ਖੜ ਜਾਓ ਖੜ ਜਾਓ, ਫੜ ਲੈ ਆਪਾਂ ਆਪਣਾ ਬੱਚਾ ਗੁਲਾਬੀ ਡੂਸਾ ਅਤੇ ਹਰੀ ਝਾਂਦਰ ਵਾਲਾ। ਚੱਲ ਬਈ ਦੂੰਗੀ, ਇਹ ਆ ਬੈਠ ਗਿਆ ਜਾ ਕੇ। ਇੱਕ ਮਿੰਟ, ਹੁਣ ਫੜੀਏ ਆਪਾਂ ਦੂਜਾ ਬੱਚਾ, ਕਿੱਥੇ ਆ ਬੈਠਾ, ਦੂਜਾ ਬੱਚਾ ਫੜ ਲੈਂਦੇ। ਚੱਲ ਬਈ ਤੂੰ ਵੀ, ਉਹ ਵੀ ਬੈਠ ਗਿਆ ਛੱਤਰੀ 'ਤੇ, ਤਿੰਨ ਹੋ ਗਏ। ਰੱਤਾ ਨਹੀਂ ਬਹਿੰਦਾ ਯਾਰ ਛੱਤਰੀ 'ਤੇ, ਪਤਾ ਨਹੀਂ ਕਿਆ ਚੱਕਰ ਹੈ। ਪਿਛਲੇ ਸਾਲ ਦੇਖ ਲਓ ਐਨ ਛੱਤਰੀ 'ਤੇ ਆਉਂਦਾ, ਆ ਜਾ ਵੀ ਰੱਤਾ ਹੀ ਫੜ ਲਿਆ। ਰੱਤੇ ਨੂੰ ਵੀ ਹੁਣ ਛੱਡ ਦਿੰਦੇ ਹਾਂ, ਸਾਰਾ ਸਿੱਧਾ ਹੀ ਉੱਡ ਗਿਆ ਤਾਂ। ਇੱਕ ਫੜਨਾ ਆਪਾਂ ਨੇ ਆਹ, ਫੜ ਆਹ ਨਵਾਂ ਡਾਵਾਂਗੇ, ਹਰਾ ਡੂਸਾ ਗੁਲਾਬੀ ਝਾਂਦਰ। ਇੱਕ ਮਿੰਟ ਬਾਈ ਰੁਕ ਜਾਓ, ਇੱਕ ਮਿੰਟ ਮੈਂ ਇਹਨੂੰ ਚੈੱਕ ਕਰਾਂ ਮਾੜਾ ਜਿਹਾ, ਫਿਰ ਦਿਖਾਉਣਾ। ਲੈ ਮਿੱਤਰੋ, ਗੁਲਾਬੀ ਝਾਲਰ, ਹਰਾ ਟੂਸਾ ਅਤੇ ਕਾਲੀ ਪੂੰਛ। ਚੱਲ ਵੀ ਮਿੱਤਰਾ ਉੱਡ ਗਿਆ ਬਾਈ, ਇਹ ਵੀ ਸਿੱਧਾ ਹੀ, ਅਤੇ ਬੱਚਿਆਂ ਨੂੰ ਵੀ ਡਾ ਦਈਏ ਹੁਣ, ਰੱਤਾ ਉਹ ਫਿਰਦਾ। ਚਲੋ ਬਈ ਉੱਡ ਗਏ, ਤੂਫਾਨ ਨੂੰ ਨਹੀਂ ਡਾਉਣਾ ਆਪਾਂ ਨੇ, ਤੂਫਾਨ ਤੁਹਾਨੂੰ ਪਤਾ ਹੀ ਹੈ, ਕੱਲ੍ਹ ਬੈਰੀ ਸਿੱਟ ਗਈ ਤੀ ਇਹਨੂੰ, ਇਹਨੂੰ ਬੈਠਾ ਰਹਿਣ ਦਿਓ। ਹਾਲ ਹੋ ਗਏ ਓਕੇ ਰਿਪੋਰਟਾਂ ਨੇ, ਆਹ ਝਾਲਰ ਵਾਲਾ, ਆਹ ਬੱਚਾ, ਆਹ ਬੱਚਾ, ਰੱਤਾ ਤੁਹਾਨੂੰ ਦਿਖਾ ਦਿੰਦਾ ਮੈਂ, ਥੋੜ੍ਹੇ ਜਿਹਾ ਰੱਤੇ 'ਤੇ ਡਾਊਟ ਆਪਾਂ ਨੂੰ, ਆਹ ਫਿਰਦਾ ਹਰੀਆਂ ਕੱਛਾਂ ਗੁਲਾਬੀ ਪੂੰਛ। ਲਾਏ ਮਿੱਤਰੋ, ਰੱਤਾ ਵੀ ਚੱਲ ਪਿਆ ਆਪਣਾ, ਆਹ ਆ ਰਿਹਾ ਦੇਖੋ, ਆਹ ਦੇਖੋ ਹਰੀਆਂ ਕੱਛਾਂ ਗੁਲਾਬੀ ਪੂੰਛ, ਅਤੇ ਬੱਚੇ ਤਾਂ ਫਿਰ ਤੁਹਾਨੂੰ ਪਤਾ ਹੀ ਆ, ਬੱਚੇ ਤਾਂ ਪਹਿਲਾਂ ਹੀ ਕਾਇਮ ਹੋ ਜਾਂਦੇ ਨੇ। ਝਾਲਰ ਵਾਲੇ ਤਾਂ ਨਿਗਾਹ ਮਾਰ ਲਏ, ਬੱਚੇ ਦੋ ਆ ਫਿਰਦੇ ਨੇ, ਝਾਲਰ ਵਾਲੇ ਤਾਂ ਮਾਰੀਏ ਨਿਗਾਹ, ਉਹ ਫਿਰਦੇ ਆ ਬੱਚੇ। ਇੱਕ ਮਿੰਟ ਝਾਲਰ ਵਾਲਾ ਮੈਂ ਦੇਖ ਲਾਂ ਇੱਕ ਵਾਰੀ, ਅਤੇ ਆਪਾਂ ਨੇ ਜਿਹੜੇ ਕੱਲੂ ਹੁਣ ਨਵੇਂ ਛੱਡਿਆ ਕਰਨੇ ਨੇ ਉਹਨਾਂ ਨੂੰ ਵੀ ਜਾਲ 'ਚ ਪਾ ਦਈਏ, ਤਿੰਨਾਂ ਪਾ ਤੇ ਇੱਕ ਦੋ ਮੈਂ ਹੋਰ ਫੜਦਾ। ਅਤੇ ਤੂਫਾਨ ਵੀ ਉੱਡ ਗਿਆ ਬਾਈ ਛੱਤਰੀ ਤੋਂ, ਆਹ ਉੱਡ ਗਿਆ ਤੂਫਾਨ, ਇਹ ਤੂਫਾਨ ਥੋੜ੍ਹਾ ਜਿਹਾ ਡਾਊਨ ਹੈ, ਚੱਲ ਕੋਈ ਨਹੀਂ ਬਹਿ ਜੂਗਾ ਛੱਤਰੀ 'ਤੇ ਆਪੇ। ਝਾਲਰ ਵਾਲਾ ਦੇਖ ਲਈਏ ਬਾਈ, ਝਾਲਰ ਵਾਲਾ ਉੱਚਾ ਲੱਗ ਜਾਂਦਾ,
ਉਹਤੇ ਨਿਗਾਹ ਮਾਰ ਰਹੀ ਹੈ ਕਿਉਂਕਿ ਅੱਜ ਪਹਿਲੇ ਦਿਨ ਕੱਢਿਆ ਉਹ ਕਿੱਥੇ ਆ ਇੱਕ ਮਿੰਟ ਹਾਲ ਤਾਂ ਦਿਖ ਨਹੀਂ ਰਿਹਾ ਇੱਥੇ ਕਿਤੇ ਆ ਪਤਾ ਨਹੀਂ ਕਿਹਦਾ ਫਿਰਦਾ ਇੱਕ ਮਿੰਟ ਬਾਈ ਮੈਂ ਝਾਲਰ ਵਾਲੇ ਨੂੰ ਦੇਖਾਂ ਕਿੱਥੇ ਫਿਰਦਾ ਠੀਕ ਹੈ ਫਿਰ ਦਿਖਾਉਣਾ ਤੁਹਾਨੂੰ ਚਾਰ ਬੱਚੇ ਕਰ ਲਏ ਬਾਈ ਬੰਦ ਸਪੇਅਰ ਬਿਠਾ ਤਾ ਆਪਾਂ ਛਤਰੀ 'ਤੇ ਬੰਨਤਾ ਰਤਾ ਆਉਂਦਾ ਦੇਖੋ ਆਹ ਦੇਖੋ ਅਤੇ ਤੂਫਾਨ ਵਿਚਾਰਾ ਉਹ ਫਿਰਦਾ ਬੱਚੇ ਬਾਹਲੇ ਉੱਚੇ ਨੇ ਬੱਚੇ ਤਾਂ ਉੱਚੇ ਲੱਗੇ ਹੋਏ ਨੇ ਅਤੇ ਝਾਲਰ ਵਾਲਾ ਯਾਰ ਨਹੀਂ ਦਿਖਿਆ ਮੈਨੂੰ ਝਾਲਰ ਵਾਲੇ ਦਾ ਥੋੜ੍ਹਾ ਜਿਹਾ ਡਾਊਟ ਹੈ ਆਹ ਦੇਖ ਰਤਾ ਇੱਥੇ ਬੈਠਦਾ ਭੈਣ ਚੋ ਛਤਰੀ ਨਹੀਂ ਦਿਖਦੀ ਤੈਨੂੰ ਸਾਲਿਆ ਸਾਰਾ ਸਾਲ ਛਤਰੀ 'ਤੇ ਬੈਠੇ ਹਾਂ ਤੂੰ ਚੱਲ ਭੈਣ ਜਾਲ ਵੀ ਲਾਤਾ ਬਾਈ ਆਓ ਦੇਖੋ ਅਤੇ ਬੱਚੇ ਦੋਏ ਆਹ ਫਿਰਦੇ ਨੇ ਰਤਾ ਆਹ ਫਿਰਦਾ ਬਸ ਇੱਕ ਝਾਲਰ ਵਾਲਾ ਨਹੀਂ ਦਿਖਿਆ ਸਾਲਾ ਮੁੜ ਕੇ ਫਿਰਦਾ ਤਾਂ ਜਾਣੀ ਕਿ ਉੱਚਾ ਵਧੀਆ ਫਿਰਦਾ ਤਾ ਪਰ ਨਿਗਾਹ ਨਹੀਂ ਪਈ ਉਹ 'ਚ ਬੱਚੇ ਰਾਹ ਫਿਰਦੇ ਆ ਅਤੇ ਤੂਫਾਨ ਆ ਗਿਆ ਆਹ ਤੂਫਾਨ ਫਿਰਦਾ ਆਹ ਦੇਖੋ ਆ ਜਾਂਦਾ ਇਹ ਵਿਚਾਰਾ ਆਪੇ ਉੜ ਗਿਆ ਡਾਉਣਾ ਨਹੀਂ ਤਾਂ ਇਹ ਝਾਲਰ ਵਾਲੇ 'ਤੇ ਨਿਗਾਹ ਮਾਰ ਲੈਣਾ ਤਾਂ ਫਿਰ ਤੁਹਾਨੂੰ ਦਿਖਾਉਂਦਾ ਮੈਂ ਕਿੱਥੇ ਹੈਗਾ ਝਾਲਰ ਵਾਲਾ ਤਾਂ ਨਹੀਂ ਬਾਈ ਹਾਲੇ ਤੱਕ ਦਿਖਿਆ ਪਹਿਲਾਂ ਅਧਿਕਾਰੀ ਜੀ 'ਚ ਦਿਖਿਆ ਤਾਂ ਜਾਂ ਛੱਡਿਆ ਹੁਣ ਮੁੜ ਕੇ ਨਹੀਂ ਦਿਖਿਆ ਰੱਤਾ ਦੇਖ ਲਓ ਕਿਵੇਂ ਮਰਦਾ ਫਿਰਦਾ ਅਤੇ ਇੱਧਰ ਉੱਧਰ ਪੈਰ ਨਾਲ ਆ ਗਿਆ ਹੋਵੇ ਜਾਂ ਫਿਰ ਚਾਰ ਕਬੂਤਰ ਬਹੁਤ ਉੱਚੇ ਖੜ੍ਹੇ ਆ ਉਹ ਦੇਖੋ ਜੇ ਦੇਖਦੇ ਹੁਣ ਬਲਰ ਹੋ ਜਾਂਦਾ ਸਾਲਾ ਬੱਚੇ ਰਾਹ ਫਿਰਦੇ ਆ ਤੂਫਾਨ ਵੀ ਫਿਰਦਾ ਰੱਤਾ ਵੀ ਆਹ ਫਿਰਦਾ ਅਤੇ ਬਾਕੀ ਚਾਰ ਪੰਜ ਕਬੂਤਰ ਬਾਹਲੇ ਉੱਚ ਆਹ ਦੇਖੋ ਤੂਫਾਨ ਆ ਉਹ ਫਿਰਦਾ ਤਿੰਨ ਚਾਰ ਕਬੂਤਰ ਬਾਹਲੇ ਉੱਚੇ ਖੜ੍ਹੇ ਨੇ ਉਹ ਹੁਣ ਪਤਾ ਨਹੀਂ ਉਹਨਾਂ 'ਚ ਆਇਆ ਪਤਾ ਨਹੀਂ ਆਸੇ ਪਾਸੇ ਪੈਰ ਲਾ ਗਿਆ ਚਲੋ ਕੋਈ ਨਹੀਂ ਨੀਵੇਂ ਆਇਆਂ ਨੂੰ ਦੇਖਦੇ ਹਾਂ ਵੀ ਉਹਨਾਂ 'ਚ ਆਇਆ ਜਾਂ ਆਸੇ ਪਾਸੇ ਬੈਠ ਗਿਆ ਕਿਤੇ ਬਾਕੀ ਦਾ ਉੱਡ ਰਹੇ ਨੇ ਲਓ ਮਿੱਤਰੋ ਜਿੰਦਾ ਜਿੰਦਾ ਲਾਤਾ ਰੱਤਾ ਤਾਂ ਬਾਈ ਆਪਣਾ ਇੱਧਰ ਕਿਤੇ ਗਿਰ ਗਿਆ ਅਤੇ ਬਾਕੀ ਉੱਡਦੇ ਨੇ ਝਾਲਰ ਵਾਲਾ ਹਾਲੇ ਉੱਚਾ ਦਿਖਿਆ ਨਹੀਂ ਉੱਚਾ ਪਤਾ ਨਹੀਂ ਬੈਠਿਆ ਠੀਕ ਆ ਬਾਕੀ ਬੱਚੇ ਦੋਏ ਉੱਡਦੇ ਨੇ ਤੂਫਾਨ ਵੀ ਉੱਡ ਰਿਹਾ ਰੱਤਾ ਆਪਣਾ ਪਾਸੇ ਬੈਠ ਗਿਆ ਠੀਕ ਆ ਝਾਲਰ ਵਾਲਾ ਦੇਖਦੇ ਹਾਂ ਮੈਂ ਹੁਣ ਗਰਾਊਂਡ 'ਚ ਜਾਇਆ ਮੈਂ ਪੇਂਟ ਪੂੰਟ ਜਿਹਾ ਫੜਾਇਆ ਵਾਂ ਉਹ ਤੋਂ ਬਾਅਦ ਮਿਲਦੇ ਹਾਂ ਫਿਰ ਆਹ ਫਿਰਦੇ ਨੇ ਕਬੂਤਰ ਇਹ ਸਹੀ ਫਿਰਦੇ ਨੇ ਹਲੇ ਹੁਣ ਜਾ ਰਹੇ ਹਾਂ ਵੀ ਆਪਾਂ ਗਰਾਊਂਡ ਫੜਾ ਦਈਏ ਪੇਂਟ ਤੁਹਾਨੂੰ ਦਿਖਾ ਦਿੰਦਾ ਕੱਲ੍ਹ ਪੇਂਟ ਹੋਇਆ ਤਾਂ ਜਿਹੜਾ ਗਰਾਊਂਡ 'ਚ ਜਾ ਕੇ ਮਿਲਦੇ ਹਾਂ ਪਹੁੰਚ ਗਏ ਬਾਈ ਗਰਾਊਂਡ 'ਚ ਦੇਖੋ ਫਿਰ ਘਾਹ ਹੋਣ ਲੱਗ ਗਿਆ ਉਹ ਕਿਰਪਟ ਆਹ ਪੇਂਟ ਮਾਰਿਆ ਤਾ ਦੱਸੋ ਫਿਰ ਕੈਂਟ ਲੱਗਦਾ ਇੱਧਰ ਆਹ ਮਾਰਿਆ ਤਾ ਚਲੋ ਫਿਰ ਮਿੱਤਰੋ ਚੱਲਦੇ ਹਾਂ ਆਪਾਂ ਘਰ ਨੂੰ ਹੁਣ ਆਪਾਂ ਆ ਗਏ ਬਾਈ ਪਿੰਡ ਮੋਟਰ 'ਤੇ ਅਤੇ ਲਾਈਟ ਚੱਲਦੀ ਹੈ ਗੰਨੇ ਨੂੰ ਪਾਣੀ ਛੱਡਿਆ ਹੋਇਆ ਅਤੇ ਭਾਊ ਨੂੰ ਅਚਾਰ ਚੂਰ ਚੁਕਾ ਤਾ ਇੱਥੋਂ ਮੈਂ ਕਿਹਾ ਕਬੂਤਰਾਂ 'ਤੇ ਮਾਰ ਲਏ ਨੇ ਗਾ ਆਹ ਫਿਰਦੇ ਨੇ ਤੁਹਾਨੂੰ ਦਿਖਾਉਣਾ ਮੈਂ ਇੱਕ ਮਿੰਟ ਆਹ ਦੇਖੋ ਤਿੰਨੇ ਫਿਰਦੇ ਨੇ ਤੂਫਾਨ ਫਿਰਦਾ ਦੋਏ ਬੱਚੇ ਫਿਰਦੇ ਨੇ ਗੁਲਾਬੀ ਝਾਲਰ ਵਾਲਾ ਬਾਈ ਹਲੇ ਤੱਕ ਨੀਵਾਂ ਨਹੀਂ ਆਇਆ ਉਹ ਕਹਿ ਨਹੀਂ ਸਕਦੇ ਵੀ ਉੱਡਦਾ ਨਾ ਕਹਿ ਸਕਦੇ ਹਾਂ ਵੀ ਨਹੀਂ ਉੱਡਦਾ ਕੁਛ ਨਹੀਂ ਪਤਾ ਹਲੇ ਉੱਤਰ ਦੇਖ ਲਾ ਸਾਰੀ ਹੋਣ ਲੱਗ ਗਏ ਗਏ ਵਜੇ ਆਹਦੇ ਉੱਪਰ ਨੂੰ ਚੜ੍ਹਨ ਲੱਗ ਗਏ ਦੇਖੋ ਬਾਈ ਵੈਰੀ ਆ ਗਈ ਆਹ ਦੇਖੋ ਦੇਖੋ ਕਿਹੜੇ ਮੌਸਮ 'ਚ ਆਈ ਆ ਭੈਣ 'ਚੋਂ ਇਹ ਪੂਰੀ ਫੁੱਲ ਗਰਮੀ ਇਹਨਾਂ ਵਾਲੇ ਅਪ੍ਰੈਲ ਵੀ ਲੰਘਣੇ ਵਾਲਾ ਆਹ ਦੇਖੋ ਚੜ੍ਹਦੀ ਅਤੇ ਕਬੂਤਰ ਹੋ ਗਏ ਤੇਜ਼ ਬੱਚੇ ਆਹ ਦੇਖੋ ਲਾਗੇ ਡਾਵਾਂ ਡੋਲ ਜੇ ਹੁਣ ਆਹਦੇ ਲਾਗੇ ਡਰਨ ਸਾਰੇ ਹੀ
ਹੈਂ ਨਹੀਂ ਉਹ ਪੈਂਦੀ ਨਹੀਂ, ਪੈਂਦੀ ਘੱਟ ਆ, ਕੱਲ੍ਹ ਪਰਸੋਂ ਆਪਣੇ ਕਬੂਤਰ ਨੂੰ ਪੈ ਗਈ ਤੀ। ਆਹ ਦੇਖੋ ਬਈ ਜਾ ਰਹੀ ਆ ਫਿਰ ਆਪਣੇ ਬੱਚਿਆਂ 'ਚ ਨੂੰ, ਆਹ ਦੇਖੋ ਬਈ ਆਪਣਿਆਂ 'ਤੇ ਪਈ ਹੋਈ ਆ, ਆਹ ਦੇਖੋ ਪਿੱਛੇ ਆਪਣਾ ਬੱਚਾ, ਆਹ ਮਗਰ ਮਗਰ ਬਹਿ ਰਹੀ ਆ ਦੇਖੋ, ਆਹ ਦੇਖੋ ਅਤੇ ਕਬੂਤਰ ਸਾਰੇ ਹੀ ਹੋ ਗਏ ਤੇਜ਼ ਸਾਲੀ। ਕਿਹੜੇ ਮੌਸਮ, ਮੈਂ ਤਾਂ ਜ਼ਿੰਦਗੀ 'ਚ ਕਦੇ ਪੈਂਦੀ ਦੇਖੀ ਨਹੀਂ ਤੀ ਐਂ ਮੌਸਮ 'ਚ, ਆਹ ਦੇਖੋ। ਚਲੋ ਕੋਈ ਨਹੀਂ, ਦੇਖੀ ਜਾਊ ਲੋਕਾਂ ਦੇ ਨਾਲ ਆਪਾਂ ਵੀ, ਪਰ ਇਹ ਮੌਸਮ 'ਚ ਪੈਣਾ ਨਹੀਂ ਚਾਹੀਦਾ ਇਹਨੂੰ ਯਾਰ। ਆਹ ਦੇਖੋ ਕਿਵੇਂ ਘੁੰਮਦੀ ਆ, ਉੱਦਣ ਤੂਫਾਨ ਦਾ ਮੋਢਾ ਹੀ ਨਹੀਂ ਪਾੜਿਆ। ਘਰ ਪਹੁੰਚ ਗਏ ਬਾਈ, ਆਹ ਫਿਰਦੇ ਨੇ ਦੇਖੋ ਕਬੂਤਰ ਆਪਣੇ, ਆਹ ਦੇ ਦੋਵੇਂ ਬੱਚੇ ਆਹ ਫਿਰਦੇ ਆ, ਤੂਫਾਨ ਉੱਚਾ ਫਿਰਦਾ, ਉਹ ਫਿਰਦੇ ਨੇ ਦੇਖੋ ਫਿਰਨ ਦੋ, ਹਲੇ ਟਾਈਮ ਹੋ ਗਿਆ 9:30 ਬਾਈ, ਫਿਰ ਉੱਚੇ ਜਾਣ ਲੱਗ ਗਏ, ਆਹ ਫਿਰਦੇ ਨੇ ਵਧੀਆ ਉੱਡ ਰਹੇ ਅੱਜ ਤਾਂ, 10:00 ਹਲੇ ਤੱਕ ਫਿਰ ਰਹੇ ਨੇ, ਅਤੇ ਤੂਫਾਨ ਉਹ ਫਿਰਦਾ ਪਿੱਛੇ ਦੇਖੋ, ਤਿੰਨੇ ਆਹ ਫਿਰ ਰਹੇ ਨੇ, ਦੂਜੇ ਦੋ ਪਤਾ ਨਹੀਂ ਕਿੱਧਰ ਨੇ, ਆਹ ਰੱਤਾ ਵੀ ਉੜਿਆ ਬਾਈ ਕਿਤੋਂ ਆ ਜਾਂਦਾ ਸਾਰਾ ਲੰਡਰ, ਪਿਛਲੇ ਸਾਲ ਕਿੰਨਾ ਉੜਿਆ ਬਚੇ ਦੇਖ ਲਓ, ਉਹ ਲੱਗ ਹੈਂ ਚੂਚੇ ਵੀ ਖੋਲਤੇ ਬਾਈ, ਖਾ ਰਹੇ ਨੇ ਦਾਣਾ ਪਾਣੀ, ਅਤੇ ਇਹਨਾਂ ਨੂੰ ਵੀ ਖੋਲਦੇ ਹਾਂ ਰੁਕ ਜਾਓ 2 ਮਿੰਟ, ਅਤੇ ਬੱਚੇ ਆ ਗਏ ਬਾਈ ਆਪਣੇ, ਉਹ ਬੈਠੇ ਨੇ 10:30, ਜਾਣੀ ਕਿ ਅੱਜ ਇਹ ਲਾ ਗਏ 10:30, 7 ਅਤੇ 4 ਘੰਟੇ ਲਾ ਗਏ ਬੱਚੇ, 6:30 ਹੋਏ ਤੇ ਜ਼ਿਆਦਾ ਡਾਏ ਨੇ 10:30, ਹਾਂ 4 ਤੋਂ ਥੋੜ੍ਹਾ ਬਹੁਤ 5-10 ਮਿੰਟ ਇੱਧਰ ਉੱਧਰ ਹੋ ਗਏ ਹੁਣੇ, ਅਤੇ ਹੁਣੇ ਬੈਠੇ ਨੇ, ਹੁਣ ਹਾਲੇ ਬੈਠੇ ਰਹਿਣ ਦਿਓ ਇਹਨਾਂ ਨੂੰ, ਬਾਅਦ 'ਚੋਂ ਦੇਖਦੇ ਹਾਂ, ਅਤੇ ਇਹਨਾਂ ਨੂੰ ਹੁਣ ਦਾਣਾ ਪਾਣੀ ਚੈੱਕ ਕਰੀਏ ਪਹਿਲਾਂ ਤਾਂ, ਪਾਣੀ ਰੁਕ ਜਾਓ ਧੋ ਕੇ ਭਰਨ ਦਿਓ ਪਹਿਲਾਂ ਮੈਨੂੰ, ਸਰੋਂ ਕਣਕ ਪਾ ਦਈ ਬਈ, ਪਾਣੀ ਪੂਣੀ ਪਾ ਤਾ, ਅਤੇ ਖੋਲ੍ਹ ਦਿੰਦੇ ਆਪਾਂ ਕਬੂਤਰਾਂ ਨੂੰ, ਆ ਜਾਓ ਬਈ ਜਾਣਾ, ਹਾਂ ਹੈ ਖਵਾਣੋ, ਕਿਆ ਕਰਨਾ ਤੈਂ ਮੋਟਰ ਸਾਈਕਲ, ਉਹ ਖਵਾਣੋ ਸੈਕਿੰਡ ਹੈਂਡ ਥੋੜ੍ਹਾ ਮਿਲਣਾ, ਚੁੰਨੀ ਚੱਲਾਂਗੇ ਚੁੰਨੀ, ਉੱਥੋਂ ਲੈ ਕੇ ਹੀ ਮੁੜਾਂਗੇ ਫਿਰ, ਭਾਊ ਨੂੰ ਮੋਟਰਸਾਈਕਲ ਦਬਾਉਣਾ ਬਾਈ, ਅਤੇ ਮੈਂ ਐਸ ਵੀ ਸੂ ਵੀ ਕੱਟਾ ਦੇਖੋ ਮੈਂ ਇੱਦਾਂ ਕਿੱਡਾ, ਹੁਣ ਸੂਈ ਹੈ ਵੈਸ ਕੱਟਾ ਦੇਖ ਲਓ ਤੁਸੀਂ, ਐਨ ਵਧੀਆ ਨਸਲ ਦਾ, ਅਤੇ ਉਹ ਫਿਰਦੇ ਨੇ ਚੂਚੇ ਦੇਖ ਲਓ ਟੋਕੇ ਦੇ ਵਿੱਚ, ਬਾਕੀ ਕੁਛ ਇੱਧਰ ਫਿਰਦੇ ਨੇ, ਕਬੂਤਰ ਆਪਣੇ ਬੈਠੇ ਨੇ ਹੁਣ, ਰੱਤਾ ਦੇਖ ਲਓ ਸਾਲਾ ਉਹ ਬੈਠਾ ਛਤਰੀ 'ਤੇ ਨਹੀਂ ਜਾਂਦਾ, ਪਤਾ ਨਹੀਂ ਕਿਆ ਗੰਦੀ ਆਦਤ ਪੈ ਗਈ, ਸਿਰਫ ਇੱਕ ਬਾਈ ਝਾਲਰ ਵਾਲੇ ਦਾ ਡਾਊਟ ਆ ਉਹਦਾ ਹੁਣ ਤੱਕ ਪਤਾ ਨਹੀਂ ਲੱਗਿਆ, ਆਸੇ ਪਾਸੇ ਬੈਠਾ ਜਾਂ ਲੰਘ ਗਿਆ ਕੁਛ ਨਹੀਂ ਕਹਿ ਸਕਦੇ, ਇਹ ਤਾਂ ਹੁਣ ਸ਼ਾਮ ਤੱਕ ਪਤਾ ਲੱਗੂਗਾ ਵੀ ਆਉਂਦਾ ਜਾਂ ਨਹੀਂ ਆਉਂਦਾ, ਨਹੀਂ ਫਿਰ ਪਿੰਡ 'ਚ ਦੇਖਾਂਗੇ ਕਿੱਧਰ ਬੈਠਿਆ, ਹੁਣ ਫਿਰ ਜਾ ਰਹੇ ਹਾਂ ਵੀ ਆਪਾਂ ਗਰਾਊਂਡ 'ਚ, ਅਤੇ ਉੱਥੇ ਬੈਡਮਿੰਟਨ ਵਾਲੇ ਨੂੰ ਅੱਜ ਬਾਲ ਪੱਟੀ ਮਾਰਨੀ ਹੈ, ਦੇਖਦੇ ਹਾਂ ਜਾ ਕੇ, ਚਿੜੀ ਬੱਲੇ ਵਾਲਾ ਹੋ ਰਿਹਾ ਵੀ ਤਿਆਰ, ਹੁਣ ਚੱਲੀਏ ਬਾਈ ਆਪਾਂ ਖਮਾਣੋ ਨੂੰ ਸਮਾਨ ਸਮੂਨ ਜਿਹਾ ਲੈਣ, ਅਤੇ
ਫਿਰ ਦੇਖਦੇ ਹਾਂ ਆ ਕੇ ਇੱਕ ਝਾਲਰ ਵਾਲਾ ਕਬੂਤਰ ਤਾਂ ਆਇਆ ਨਹੀਂ ਬਾਈ, ਗੁਲਾਬੀ ਝਾਲਰ ਵਾਲਾ ਸਵੇਰ ਦਾ ਉਹ ਹੁਣ ਮੈਨੂੰ ਪਤਾ ਲੱਗਿਆ ਵੀ ਗੁਰਦੁਆਰਾ ਸਾਹਿਬ 'ਤੇ ਬੈਠਾ। ਚਲੋ ਕੋਈ ਨਹੀਂ, ਪਹਿਲਾ ਦਿਨ ਤਾਂ ਉਹਦਾ ਕੱਢਿਆ ਵੀ ਪਹਿਲੇ ਦਿਨੇ ਦਾ, ਬਾਕੀ ਸਾਰੇ ਆ ਗਏ ਬੰਦ ਹੋ ਗਏ, ਇੱਕ ਸਪੇਅਰ ਉੱਡ ਗਿਆ ਆਪਣਾ ਛੱਤਰੀ ਤੋਂ, ਕੋਈ ਚੱਕਰ ਨਹੀਂ ਚਲੋ ਦੇਖਦੇ ਹਾਂ ਆ ਕੇ ਸਪੇਅਰ ਨੂੰ ਵੀ। ਆਪਾਂ ਪਹੁੰਚ ਗਏ ਬਾਈ ਫੇਰ ਕੋਠੇ 'ਤੇ, ਅਤੇ ਆਪਣਾ ਗੁਲਾਬੀ ਝਾਲਰ ਵਾਲਾ ਬੱਚਾ ਗੁਰਦੁਆਰਾ ਸਾਹਿਬ 'ਤੇ ਬੈਠਾ ਤਾਂ ਪਹਿਲਾਂ ਉੜ ਕੇ ਆ ਗਿਆ ਤਾ ਇੱਧਰ, ਅਤੇ ਹੁਣ ਜੱਸੂ ਫੇਰ ਡਾਊਨ ਗਿਆ ਹੋਇਆ, ਉੱਧਰ ਬੈਠੀ ਜਾਂਦਾ ਪਤਾ ਨਹੀਂ ਕਿਆ ਚੱਕਰ ਹੈ, ਅਤੇ ਸ਼ਾਇਦ ਉਹ ਉਡਾਤਾ ਉਹਨੇ, ਸ਼ਾਇਦ ਪੱਕਾ ਨਹੀਂ ਕਹਿ ਸਕਦੇ। ਇਹ ਦੇਖਦੇ ਹਾਂ ਜੀ ਇੱਧਰ ਨੂੰ ਆ ਗਿਆ, ਉਹ ਦੇਖੋ ਸ਼ਾਇਦ ਉਹੀ ਹੈ ਜਾਂ ਹੋਰ ਵੀ ਹੋ ਸਕਦਾ। ਅਤੇ ਸਪੇਅਰ ਬੰਨਿਆ ਛੱਤਰੀ 'ਤੇ, ਕੋਈ ਚੱਕਰ ਨਹੀਂ, ਦੇਖਦੇ ਹਾਂ ਜੀ ਇੱਧਰ ਨੂੰ ਆ ਗਿਆ। ਕਬੂਤਰ ਤਾਂ ਬਾਈ ਉੜਿਆ ਨਹੀਂ, ਸਪੇਅਰ ਵਿਚਾਰਾ ਬੈਠਾ, ਕੋਈ ਨਾ ਬੈਠਾ ਰਹੂਗਾ, ਅਤੇ ਉਹਦਾ ਗੁਰਦੁਆਰੇ ਦੇ ਉਹ ਟੌਪ 'ਤੇ ਬੈਠਾ, ਅਤੇ ਹੁਣ ਕਿਉਂਕਿ ਪਾਠੀ ਸਿੰਘ ਵੀ ਲੱਗ ਗਿਆ ਨਾ, ਆਪਾਂ ਡਾ ਵੀ ਨਹੀਂ ਸਕਦੇ ਉੱਥੋਂ। ਅਤੇ ਚਲੋ ਵੀ ਮਿਲਾਂਗੇ ਅਗਲੇ ਵਲੋਗ 'ਚ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਮਿਲਦੇ ਹਾਂ ਫਿਰ ਆਪਾਂ ਅਗਲੇ ਵਲੋਗ 'ਚ।